ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖਦੇ ਪਿਓ ਜੀ ਮੇਰਾ ਡੀ ਪੀ ਸੀ ਪੰਜਾਬੀ ਅਤੇ ਵਿੱਕੀ ਮਲਕ ਦੀ ਬਟਾਲਾ ਤੋਂ ਏਅਰਪੋਰਟ। ਤੁਹਾਨੂੰ ਦੱਸ ਦਈਏ ਕਿ ਹੁਣ ਤੁਹਾਨੂੰ ਬੱਸ ਦੇ ਸਫ਼ਰ ਦੌਰਾਨ ਬੱਸ ਦੇ ਵਿੱਚ ਖੜ ਕੇ ਜਾਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਸੀਟ ਮਿਲੇਗੀ। ਬਾਕੀ ਦੀ ਖਬਰ ਤੁਹਾਨੂੰ ਜਿਹੜੀ ਹੈ ਦੱਸ ਦਿੰਦੇ ਹਾਂ ਕਿ ਪੀ ਆਰ ਟੀ ਸੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਬੱਸ ਦੇ ਵਿੱਚ 52 ਸੀਟਾਂ ਅਤੇ 52 ਸਵਾਰੀਆਂ ਹੀ ਹੋਣਗੀਆਂ। 52 ਸਵਾਰੀ ਤੋਂ ਇਲਾਵਾ ਇਸ ਤੋਂ ਉੱਪਰ ਇੱਕ ਵੀ ਸਵਾਰੀ ਜਿਹੜੀ ਹੈ ਖੜ ਕੇ ਨਹੀਂ ਜਾਏਗੀ ਅਤੇ ਨਾ ਹੀ ਜਿਹੜੀ ਓਵਰਲੋਡ ਬੱਸ ਕੀਤੀ ਜਾਏਗੀ, ਕਿਉਂਕਿ ਉਹਨਾਂ ਨੇ ਦੱਸਿਆ ਕਿ ਡਰਾਈਵਰ ਦੇ ਉੱਤੇ ਜਿਹੜਾ ਇੰਨਾ ਜ਼ਿਆਦਾ ਵੱਡਾ ਬੋਝ ਪਾ ਦਿੱਤਾ ਆ, ਉੱਥੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਆ ਟਰਾਂਸਪੋਰਟ ਵੱਲੋਂ ਜਿਹੜਾ ਆ ਪੂਰੀ ਦੀ ਪੂਰੀ ਤਰ੍ਹਾਂ ਇਹ ਫੈਸਲਾ ਲੈ ਲਿਆ ਗਿਆ ਕਿ ਸਵਾਰੀ ਜਿਹੜੀ ਹੈ ਬੈਠ ਕੇ ਜਾਏਗੀ। 52 ਸੀਟਾਂ ਦਾ ਮਤਲਬ 52 ਸਵਾਰੀਆਂ ਹੀ ਹੋਣਗੀਆਂ, ਨਾ ਕਿ 53। ਇੱਕ ਵੀ ਸਵਾਰੀ ਜਿਹੜੀ ਹੈ ਉੱਪਰ ਬਿਠਾ ਕੇ ਨਹੀਂ ਲੈ ਕੇ ਜਾਈ ਜਾਏਗੀ। ਤੁਸੀਂ ਦੇਖਦੇ ਪਿਓ ਮੇਰਾ ਡੀ ਪੀ ਸੀ ਪੰਜਾਬੀ। ਬਾਕੀ ਖਬਰ ਦੇਖਣ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੱਸਣਾ ਚਾਹੁੰਦਾ, ਮੈਂ ਪਰਮਜੀਤ ਸਿੰਘ ਕੁਹਾੜ ਅਵਰੋੜੇ ਪਨਵਸ ਪੀ ਆਰ ਟੀ ਸੀ ਬਟਾਲਾ ਡਿਪੂ ਦਾ ਪ੍ਰਧਾਨ ਹਾਂ। ਅੱਜ ਜੋ ਇਹ ਫੈਸਲਾ ਕੀਤਾ ਗਿਆ ਵਾ ਬਈ ਜਿਹੜੀ ਬੱਸਾਂ ਦੇ ਵਿੱਚ ਜਿਹੜੀਆਂ ਵਾ ਉਹ 52 ਸੀਟਾਂ ਦੇ ਮੁਤਾਬਕ ਹੀ ਸਵਾਰੀਆਂ ਬਿਠਾਈਆਂ ਜਾਣਗੀਆਂ, ਇਹ ਕੀ ਕਾਰਨ ਹੋਇਆ ਬਈ? ਪਹਿਲਾਂ ਆਪਦੇ ਮੱਦਿਆਂ ਮੈਂ ਦੱਸਣਾ ਚਾਹੁੰਦਾ ਵੀ ਪੰਜਾਬ ਸਰਕਾਰ ਵੱਲੋਂ ਜੋ ਬੱਸਾਂ ਦੇ ਵਿੱਚ ਫ੍ਰੀ ਕੀਤਾ ਗਿਆ ਸਵਾਰੀਆਂ ਨੂੰ, ਤਾਂ ਉਹ ਫ੍ਰੀ ਦਾ ਕਰਕੇ ਜਿਹੜਾ ਵਾ 100-100 ਸਵਾਰੀ ਜਿਹੜੀ ਬੱਸ ਵਿੱਚ ਬੈਠ ਜਾਂਦੀ ਆ। ਤਾਂ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਮੀਟਿੰਗ ਕਰਕੇ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਕਾਨੂੰਨ ਲਿਆਂਦਾ ਗਿਆ ਉਹ ਬਹੁਤ ਹੀ ਡਰਾਈਵਰਾਂ ਦੇ ਖਿਲਾਫ ਜਿਹੜਾ ਮਾਰੂ ਕਾਨੂੰਨ ਵਾ। ਤਾਂ ਅੱਜ ਅਸੀਂ ਇਹ ਮੀਟਿੰਗਾਂ ਕਰਕੇ ਫੈਸਲਾ ਕੀਤਾ ਵੀ ਜੇ ਮੰਨ ਲਓ ਕੋਈ ਬੱਸ ਜ਼ਿਆਦਾ ਭਰੀ ਹੈ ਅਤੇ ਕੋਈ ਸਵਾਰੀ ਵਿੱਚੋਂ ਡਿੱਗ ਪੈਂਦੀ ਆ ਜਾਂ ਉਹਦੀ ਮੌਤ ਹੋ ਜਾਂਦੀ ਹੈ ਤਾਂ ਉਹ ਡਰਾਈਵਰ ਦੇ ਉੱਤੇ ਜਿਹੜਾ ਉਹਨੂੰ ਕਲੇਮ ਦੇਣਾ ਪਊਗਾ, ਉਹਨੂੰ ਸਜ਼ਾ ਹੋਊਗੀ। ਤਾਂ ਪਿਛਲੇ ਦਿਨ ਸਾਡੇ ਟਰਾਂਸਪੋਰਟ ਮੰਤਰੀ ਸਾਹਿਬ ਵੀਡੀਓ ਇੱਕ ਉਹਨਾਂ ਭੇਜੀ ਆ ਵੀ 52 ਸਵਾਰੀਆਂ ਤੋਂ ਜ਼ਿਆਦਾ ਸਵਾਰੀਆਂ ਨਾ ਬਿਠਾਈਆਂ ਜਾਣ, ਅਤੇ ਅਸੀਂ ਉਹਨਾਂ ਦੀ ਵੀਡੀਓ ਵੇਖ ਕੇ ਫੈਸਲਾ ਤਾਂ ਕਰਕੇ ਕੀਤਾ ਭਈ 52 ਸਵਾਰੀਆਂ ਵੀ ਬੱਸ ਦੇ ਵਿੱਚ ਬੈਠਣ। ਅੱਜ ਤੋਂ ਉਹ ਲਾਗੂ ਆ ਅਤੇ ਅਸੀਂ ਇਹ ਪਬਲਿਕ ਨੂੰ ਇਹ ਬੇਨਤੀ ਕਰਦੇ ਹਾਂ ਵੀ ਸਾਡਾ ਸਾਥ ਦਿੱਤਾ ਜਾਵੇ ਇਹਦੇ ਵਿੱਚ ਭਈ ਜੇਕਰ ਸਰਕਾਰ ਜਿੰਨਾ ਤੱਕ ਇਹ ਬਿੱਲ ਨਹੀਂ ਮਾਫ਼ ਕਰਦੀ ਜਾਂ ਇਹ ਕਾਨੂੰਨ ਵਾਪਸ ਨਹੀਂ ਕਰਦੀ ਉਹਨਾਂ ਚਿਰ ਜਿਹੜਾ ਇਹ ਸੰਘਰਸ਼ ਸਾਡਾ ਇਸੇ ਤਰ੍ਹਾਂ ਰਹੂਗਾ। ਅਤੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਕੋਈ ਚਿੱਠੀ ਪੱਤਰ ਰਾਹੀਂ ਕੇਂਦਰ ਸਰਕਾਰ ਨੂੰ ਇਹ ਸੱਦਾ ਦਿੱਤਾ ਜਾਵੇ ਵੀ ਇਹ ਕਾਨੂੰਨ ਰੱਦ ਕੀਤਾ ਜਾਵੇ। ਜਗਦੀਪ ਸਿੰਘ ਜੀ, ਜਿਹੜਾ ਫੈਸਲਾ ਜਿਹੜਾ ਆਪਣੇ ਜੂਨੀਅਰ ਵੱਲੋਂ ਕੀਤਾ ਗਿਆ ਵਾ ਔਰ ਜਿਹੜੇ ਸਾਡੇ ਟਰਾਂਸਪੋਰਟ ਮੰਤਰੀ ਆ ਲਾਲਜੀਤ ਸਿੰਘ ਭੁੱਲਰ, ਉਹਨਾਂ ਨੇ ਵੀ ਜਿਹੜਾ ਤੁਸੀਂ ਮੀਡੀਆ ਥਰੂ ਵੇਖਿਆ ਹੋਣਾ ਕਿ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਓਵਰਲੋਡ ਗੱਡੀ ਆ ਕੋਈ ਵੀ ਜਿਹੜੀ ਆ ਉਹ ਨਹੀਂ ਜਾਣ ਦਿੱਤੀ ਜਾਵੇਗੀ। ਉੱਤੇ ਉਹਨਾਂ ਨੇ ਅਫਸਰਾਂ ਦੀ ਡਿਊਟੀਆਂ ਵੀ ਲਈਆਂ ਗਈਆਂ ਸੀ ਕਿ ਜਿਹੜੀ ਗੱਡੀ ਓਵਰਲੋਡ ਜਿਹੜੀ ਨਾ ਦਿੱਤੀ ਜਾਏ, ਪਰ ਫਿਰ ਵੀ ਚਲੋ ਤੁਹਾਨੂੰ ਪਤਾ ਜਿਹੜੀ ਸਵਾਰੀ ਰਾਹ ਦੇ ਵਿੱਚ ਚੜ੍ਹ ਜਾਂਦੀ ਕਿਉਂਕਿ ਸਾਡੇ ਸਾਰੇ ਭੈਣ ਭਰਾ ਵਾ ਅਤੇ ਰਾਹ ਦੇ ਵਿੱਚ ਸਵਾਰੀ ਛੱਡਣ ਨੂੰ ਸਾਡਾ ਦਿਲ ਵੀ ਨਹੀਂ ਕਰਦਾ, ਪਰ ਜਿਹੜਾ ਸਰਕਾਰ ਨੇ ਜਿਹੜਾ ਕਾਨੂੰਨ ਕਾਲਾ ਕਾਨੂੰਨ ਜਿਹੜਾ ਲਿਆਂਦਾ ਵਾ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਇਆ ਜੁਰਮਾਨਾ ਜਿਹੜਾ ਵਾ ਬਹੁਤ ਹੀ ਗਲਤ ਗੱਲ ਆ ਅਤੇ ਅਸੀਂ ਸਰਕਾਰ ਨੂੰ ਚਾਹੁੰਦੇ ਹਾਂ ਕਿ ਜਿਹੜਾ ਬਿੱਲ ਜਿਹੜਾ ਵਾਪਸ ਕੀਤਾ ਜਾਵੇ ਔਰ ਜਿਹੜੇ ਮਤਲਬ ਜਿਹੜੀ ਸਵਾਰੀ ਆ ਜਿਹੜੇ ਰਾਹ ਚੁੱਕੀ ਜਾਵੇ। ਤੁਹਾਨੂੰ ਪਤਾ ਕਿ ਇੱਥੋਂ ਤੁਰ ਪਈ ਇੱਥੇ 52 ਸੀਟਾਂ ਕਰ ਲਈਏ ਔਰ ਰਾਹ ਮਹਿਤਾ ਸਠਿਆਲਾ ਬਿਆਸ ਆਉਂਦਾ ਉਹ ਜਿਹੜੇ ਲੋਕ ਕਿੱਥੇ ਜਾਣਗੇ। ਜਿਹੜਾ ਕਾਨੂੰਨ ਹੈ ਸਰਕਾਰ ਜਿਹੜਾ ਵਾਪਸ ਲਏ ਅਤੇ ਜਿਹੜਾ ਅਸੀਂ ਵੀ ਮਤਲਬ ਆਪਣੀ ਡਿਊਟੀ ਖੁਸ਼ ਹੋ ਕੇ ਕਰੀਏ। ਹੁਣ ਟਰੱਕ ਡਰਾਈਵਰ ਲਾ ਲਓ ਜਾਂ ਆਪਣੇ ਰੋਡਵੇਜ਼ ਦੇ ਡਰਾਈਵਰ ਸਰਕਾਰੀ ਲਾ ਲਓ, ਡਰਾਈਵਰ ਤਾਂ ਡਰਾਈਵਰ ਹੀ ਆ ਨਾ, ਹੁਣ ਉਹ ਵਿਚਾਰੇ ਗੱਡੀ ਚਲਾਉਂਦੇ ਡਰ ਕੇ ਚਲਾਉਂਦੇ ਆ
ਤੇ ਮਤਲਬ ਕਿਸੇ ਦਾ ਕੋਈ ਨੁਕਸਾਨ ਨਾ ਹੋ ਜਾਏ। ਤੇ ਜਿਹੜਾ ਵਾ ਅਸੀਂ ਕਿੱਥੋਂ ਭਰਾਂਗੇ ਹੁਣ, ਸਾਡੇ ਰੋਡਵੇਜ਼ 'ਚ ਲਾ ਲਓ, ਪੀ ਆਰ ਟੀ ਸੀ 'ਚ ਲਾ ਲਓ, ਡਰਾਈਵਰ 15,000 ਰੁਪਇਆ ਤਨਖਾਹ ਵਾ, ਹੁਣ ਵਿਚਾਰੇ ਉਹਨਾਂ ਨੂੰ ਪੈਸੇ ਦੇਣਗੇ ਕਿ ਆਪਣਾ ਘਰ ਦਾ ਗੁਜ਼ਾਰਾ ਕਰ ਲਵੇ। ਤੇ ਜਿਹੜਾ ਕਾਨੂੰਨ ਆ, ਜਿਹੜਾ ਸਰਕਾਰ ਆ ਉਹ ਵਾਪਸ ਲਏ ਸੈਂਟਰ ਸਰਕਾਰ, ਇਹ ਸਾਡੀ ਬੇਨਤੀ ਆ। ਤੇ ਮੇਰਾ ਨਾਮ ਸੁਰਿੰਦਰਜੀਤ ਕੌਰ ਆ। ਜਿਹੜਾ ਐਲਾਨ ਕੀਤਾ ਗਿਆ ਰੋਡ ਵੱਲੋਂ ਵੀ ਜਿੰਨੀਆਂ ਬੱਸ ਦੀਆਂ ਸੀਟਾਂ ਉਨੀਆਂ ਸਵਾਰੀਆਂ ਮਿਲੀਆਂ, ਇਹ ਕਿੱਦਾਂ ਲੱਗਦਾ ਤੁਹਾਨੂੰ? ਬਹੁਤ ਵਧੀਆ ਲੱਗਦਾ ਭਾਜੀ, ਬਹੁਤ ਵਧੀਆ ਲੱਗਦਾ ਹੈ। ਭੀੜ ਭੜੱਕੇ ਦੇ ਵਿੱਚ ਕੁਛ ਇਹ ਆ ਵੀ ਜਿਹੜੀਆਂ ਲੇਡੀਜ਼ ਨੇ ਆਪਸ ਵਿੱਚ ਝੜਫ ਵੀ ਪੈਂਦੀਆਂ ਨੇ ਇੱਕ ਦੂਜੇ ਨਾਲ, ਅਤੇ ਫਿਰ ਚੰਗਾ ਜਿਹਾ ਨਹੀਂ ਲੱਗਦਾ ਜਦੋਂ ਮਾਹੌਲ ਇਸ ਤਰ੍ਹਾਂ ਦਾ ਹੋ ਜਾਂਦਾ, ਫਿਰ ਬੈਠਣਾ ਮੁਸ਼ਕਲ ਹੋ ਜਾਂਦਾ ਬੱਸਾਂ ਵਿੱਚ। ਅਤੇ ਸੀਟੋ ਸੀਟ ਹੀ ਵਧੀਆ ਰਹਿੰਦਾ ਉਸ ਤਰ੍ਹਾਂ, ਜ਼ਿਆਦਾ ਮਤਲਬ ਕਿ ਹੋ ਜੇ ਭੀੜ ਭੜੱਕਾ ਜ਼ਿਆਦਾ ਹੋ ਜੇ ਤਾਂ ਫਿਰ ਹਾਂਜੀ 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 ਇੱਥੇ ਤਾਂ ਹੱਥੋਂ ਪਾਈ ਹੋ ਜਾਂਦੀਆਂ, ਕਈ ਲੇਡੀਜ਼ ਇਸ ਤਰ੍ਹਾਂ ਦੀਆਂ ਹੁੰਦੀਆਂ ਵੀ ਪਿਆਰ ਨਾਲ ਨਹੀਂ ਬਹਿ ਸਕਦੀਆਂ ਇਸ ਤਰ੍ਹਾਂ। ਹਾਂਜੀ ਹਾਂਜੀ ਹਾਂਜੀ